ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਸਵਾਗਤ ਹੈ ਸਾਡੇ ਨਵੇਂ ਬਲੌਗ 'ਚ। ਅਤੇ ਅੱਜ ਆਪਾਂ ਜਾਣਾ ਸੀਗਾ ਪ੍ਰੋਗਰਾਮ 'ਤੇ ਪਿੰਡ ਪੁਰਾਣਾ ਛਾਲਾ, ਅਤੇ ਰਾਤ ਦਾ ਪ੍ਰੋਗਰਾਮ ਸੀਗਾ ਸਾਡਾ ਜਿੰਦਾ ਸ਼ਹੀਦ ਪੀਰ ਬਾਬਾ ਪਿੰਡ ਨੂਰਪੁਰ ਬੇਦੀ। ਅਤੇ ਆਪਾਂ ਜੀ ਗੱਡੀ ਦੇ ਵਿੱਚ ਬਹਿ ਕੇ ਸਾਰੇ ਭਰਾ ਅਤੇ ਆਪਾਂ ਤੁਰ ਪਏ। ਇਹ ਹੈ ਜੀ ਪਿੰਡਾਂ ਦੀ ਵਿਰਾਸਤ ਬੋਰਡ, ਬਹੁਤ ਪੁਰਾਣਾ ਬੋਰਡ ਆ, ਲੋਕਾਂ ਦੇ ਕਦੇ ਕਦੇ ਪਿੰਡ 'ਚ ਦੇਖਣ ਨੂੰ ਮਿਲਦਾ। ਅਤੇ ਪਹੁੰਚ ਗਏ ਆਪਾਂ ਪ੍ਰੋਗਰਾਮ 'ਤੇ, ਅਤੇ ਸੁਣੋ ਪੰਜਾਬੀ ਵਿਰਸਾ। ਇਹ ਆ ਸਾਡਾ ਪੰਜਾਬੀ ਵਿਰਸਾ, ਅਤੇ ਪੂਰਨ ਭਗਤ ਦੀ ਗੱਲ ਚੱਲ ਰਹੀ ਹੈ। ਗੁਣੀ ਲੋਕ ਕਹਿੰਦੇ ਜੇ ਮਾਇਆ ਤਾਂ ਬੰਦਿਆਂ ਦੀ, ਜੇ ਬੰਦੇ ਹੀ ਹੈ ਨਹੀਂ ਮਾਇਆ ਕੀ ਕਰਨੀ ਹੈ। ਜਦੋਂ ਪੋਤੀ ਹੈ ਨਹੀਂ ਰਾਜੇ ਨੇ ਰਾਜ ਭਾ ਕੀ ਕਰਨਾ। ਕਹਿੰਦਾ ਲੂਣਾ ਪਾਪਣ ਡੈਣ ਨੇ ਮੈਨੂੰ ਗਲੀਆਂ 'ਚ ਗੱਲ ਇੱਕ ਅੱਖ, ਮਨਸ਼ਾ ਰਾਮ ਵਜ਼ੀਰ ਸੀ ਉਦੋਂ ਮੈਨੂੰ ਰਿਹਾ ਬਥੇਰਾ ਡੱਕ, ਮੈਂ ਹੱਥੀ ਬੱਚੇ ਨੂੰ ਤੋਰਿਆ ਡੌਲਿਆਂ ਨੂੰ ਮੁਸ਼ਕਣ ਕਾਤਲ, ਫਿਰ ਤਰਸ ਨਹੀਂ ਕੀਤਾ ਜਾਲਮਾ ਮਾਰੇ ਪੁੱਤ ਦੀ ਦੇਹ 'ਤੇ ਫੱਟ, ਪੰਡ ਪੂਰੇ ਦੀ ਬੰਨ ਕੇ ਉਹਨੂੰ ਖੂਨੀ ਖੂਹ ਵਿੱਚ ਆ ਕੇ ਸੱਟ, ਉਹਨੂੰ ਐਡਾ ਕਿਹੜਾ ਮਿਲ ਪਿਆ। ਇਹ ਕਵਈਆ ਕਰਨੀ ਦਾ ਸਮਰੱਥ, ਕਿਹਨੇ ਵਿੱਚੋਂ ਖੂਹ ਨੂੰ ਕੱਢ ਕੇ ਸਾਬਤ ਕੀਤੇ ਪੈਰ ਤੇ ਹੱਥ, ਤੂੰ ਝੂਠ ਬੋਲਦਾ ਪੰਡਤਾ ਮੈਨੂੰ ਨਹੀਂ ਆਉਂਦਾ ਸੱਚ, ਜੇ ਕਿਤੇ ਮਿਲ ਜੇ ਪੁੱਤ ਸੁਣਿਆ ਮੈਂ ਤਾਂ ਗਊਆਂ ਮਨਸ ਨੂੰ ਲੱਖ ਕਰਾਇਆ, ਕਿਹੜੇ ਜਵਾਬ ਕਰਦਾ ਪੰਡਤ ਨਾ ਜੀ ਉੱਥੇ। ਪੰਡਤ ਬਾਲੀਆ
ਉੱਪਰ ਆ ਗਿਆ ਕਰਦਾ ਰਾਜਾ ਰੋ ਨਿਕਲਦਾ ਉਹ ਨੇਤਰ ਭਰ ਕੇ ਰੋ ਪਿਆ ਨਦਰ ਭਰ ਕੇ ਰੋ ਪਿਆ ਦੋਨੋ ਮਰਦ ਪਟਾਂ ਦੇ ਹਾਥੀ ਮੇਰੇ ਪੁੱਤਰ ਵੇਦ ਕਸੀ ਰਾਮ ਵਜ਼ੀਰ ਸੀ ਮਜ਼ਾ ਰਾਮ ਵਜ਼ੀਰ ਸੀ ਮੈਨੂੰ ਉੜਿਆ ਬਥੇਰਾ ਡਾਕੀ ਮੈਂ ਹੱਥੀ ਬੱਚੇ ਨੂੰ ਦੋਰਿਆ ਹੱਥੀ ਬੱਚੇ ਨੂੰ ਤੋਰਿਆ ਉਹਦੇ ਡੋਲਿਆਂ ਨੂੰ ਮੁਸ਼ਕਾ ਫਿਰ ਦਰਸ਼ਨ ਕੀਤਾ ਜਾਲਮਾ ਦਰਸ਼ਨ ਕੀਤਾ ਜਾਲਮਾ ਮਾਰੇ ਪੁਤਲੀ ਦੇ ਦੇ ਫਾਟੀ ਓਏ ਪੰਡ ਪੂਰੇ ਦੀ ਬੰਨ ਕੇ ਪੂਰੇ ਦੀ ਬੰਨ ਗਈ ਉਨੀ ਖੂਹ ਵਿੱਚ ਆ ਗਏ ਸਾਡੀ ਪੁੱਤ ਨੂੰ ਐਡਾ ਬਈ ਕਿਹੜਾ ਮਿਲ ਪਿਆ ਐਡਾ ਕਿਹੜਾ ਮਿਲ ਪਿਆ ਜਿਹੜਾ ਕਰਨੀ ਦਾ ਸਮਝਾਤੀ ਕੀਨੇ ਵਿੱਚੋਂ ਖੂਹ ਨੇ ਉਹ ਕੱਢ ਕੇ ਵਿੱਚੋਂ ਖੂਹ ਨੇ ਉਹ ਕੱਢ ਕੇ ਸਾਬਤ ਕੀਤੇ ਪੈਰ ਤੇ ਹਾਥੀ ਤੂੰ ਝੂਠ ਬੋਲਦਾ ਫੰਡਦਾ ਝੂਠ ਬੋਲਦਾ ਬੰਟਦਾ ਉਹ ਮੈਨੂੰ ਨਹੀਂ ਆਉਂਦਾ ਸਾਚੀ ਜੇ ਮਿਲ ਜੇ ਪੁੱਤ ਬਸੁੰਨੀਆ ਮਜੇ ਪੁੱਤ ਬਸੁੰਨੀਆ ਮੈਂ ਗੰਗਾ ਮਨਸ ਤੂੰ ਰਾਖੀ ਜੇ ਮਿਲ ਜੇ ਪੁੱਤ ਬਸੁੰਨੀਆ ਰਾਜਾ ਕਹਿੰਦਾ ਮੇਰਾ ਪੁੱਤ ਕਿੱਥੋਂ ਆ ਗਿਆ ਮੈਂ ਤਾਂ ਮਰਵਾ ਕੇ ਹੱਥੀ ਖੂਹ ਚ ਪਾਇਆ ਉਹ ਪੰਡਤਾ ਖੂਹ ਚ ਲੋਹਾ ਸਿੜਦ ਗਏ ਉਹ ਗਲ ਜਾਂਦਾ ਤੇ ਮਾਨਸ ਦੇ ਵੀ ਕਿੱਥੇ ਜਿਉਂਦਾ ਰਹਿਣਾ ਸੀ ਤੂੰ ਝੂਠ ਬੋਲਦਾ ਨਹੀਂ ਰਾਜਾ ਕਹਿੰਦਾ ਓਏ ਪੰਡਤਾ ਬੰਦਾ ਉਹੀ ਹੁੰਦਾ ਨਾ ਬਦਲ ਜਾਂਦਾ ਲੀੜਾ ਉਹੀ ਹੁੰਦਾ ਨਾ ਬਦਲ ਜਾਂਦਾ ਅਤੇ ਪੰਡਿਤ ਕਹਿੰਦਾ ਕਿਵੇਂ ਰਾਜਾ ਕਹਿੰਦਾ ਪੰਡਤਾ ਲੀੜੇ ਦਾ ਨਾ ਖੱਫਣ ਧਰਿਆ ਬੰਦੇ ਦਾ ਨਾ ਮੁਰਦਾ ਚੱਲੋ ਭਾਈ ਉਹ ਦੇਖਣ ਚੱਲ ਗਏ ਬੰਦਾ ਕਿਹੜੀ ਮੁਸੀਬਤ ਨੂੰ ਤੁਰਦਾ ਪੁਰਲੇ ਪੁਰਲੇ ਯਾਰ ਬਥੇਰੇ ਕੋਈ ਸਾਥੀ ਨਹੀਂ ਮਿਲਿਆ ਤੁਰਦਾ ਬਹਿਣ ਪਏ ਦਰਿਆ ਤੋਂ ਬਾਅਦ ਸਾਡਾ ਜਾਂਦਾ ਰੁੜਦਾ ਕਿਸ਼ਨੇ ਤੈਨੂੰ ਲੱਖ ਤੁਰੇ ਜਿੱਧਰ ਨੂੰ ਮੇਰਾ ਪੁੱਤ ਤੁਰ ਗਿਆ ਉੱਧਰੋਂ ਕੋਈ ਵੀ ਨਹੀਂ ਦੇਖਿਆ ਮੁੜਦਾ ਮੈਨੂੰ ਕਿਵੇਂ ਯਕੀਨ ਆ ਜੀ ਜਿਹੜਾ ਮਰਿਆ ਕਿਤੇ ਦੁਆਰਾ ਆਇਆ ਤੇ ਮੇਰਾ ਪੁੱਤ ਕਿਵੇਂ ਆ ਗਿਆ ਤੂੰ ਝੂਠ ਬੋਲਦਾ ਉਹ ਕਹਿੰਦਾ ਨਹੀਂ ਰਾਜਨ ਤੇਰਾ ਪੁੱਤ ਬਾਗ ਚ ਆ ਗਿਆ ਅੱਗਿਓਂ ਪੰਡਿਤ ਬੋਲਿਆ ਤੇਰੇ ਕੋਲੇ ਕਾਹਦਾ ਲੋਕੋ ਦੇਖ ਜਿੱਦਣ ਦਾ ਪੂਰਨ ਤੁਰ ਗਿਆ ਸਾਰਾ ਬਾਗ ਹੀ ਗਿਆ ਸੀ ਸੁੱਕ ਪਹਿਲਾਂ ਬਾਗ ਸੁੱਕ ਗਿਆ ਸੀ ਉਹ ਹੁਣ ਹਰਾ ਹੋ ਗਿਆ ਮੈਨੂੰ ਤਾਂ ਯਕੀਨ ਆ ਤੇਰੇ ਪੁੱਤ ਨੇ ਆ ਕੇ ਹਰਾ ਕੀਤਾ ਹੋਰ ਕੌਣ ਕਰ ਸਕਦਾ ਜਿੱਦਣ ਦਾ ਪੂਰਨ ਤੁਰ ਗਿਆ ਸਾਰਾ ਬਾਗ ਗਿਆ ਸੀ ਸੁੱਕ ਜਿਹੜਾ ਗੌਸ ਤਲਾਸੀ ਵਿੱਚ ਪਾਣੀ ਨਹੀਂ ਰਹਿ ਗਿਆ ਕੋਟੋ ਪਾਣੀ ਨੇ ਭਰ ਗਿਆ ਹੁਣ ਮਾਵਾਂ ਵਿੱਚ ਗਲੀਆਂ ਦੇ ਰੋਂਦੀਆਂ ਵੀਰੋ ਗੱਭਰੂ ਨੂੰ ਮਰੇ ਜਿਨ੍ਹਾਂ ਦੇ ਪੁੱਤ ਉਹ ਮਾਰਨ ਮਹਿਲਾਂ ਨਾਲ ਟੱਕਰਾਂ ਸਿਰ ਵਿੱਚ ਪਾਉਣ ਸਵਾਹ ਦੇ ਬੁੱਕ ਹੁਣ ਬਾਗੀ ਉੱਤਰੇ ਨਾਸ ਦੀ ਸਾਰੇ ਸ਼ਹਿਰ 'ਚ ਪੈ ਗਈ ਹੋਗ ਬਾਬਾ ਰਾਖ ਬਣਾਉਂਦਾ ਘੋਲ ਕੇ ਉਹ ਦੁਖੀਆਂ ਦੇ ਹਟਾਉਂਦਾ ਦੁੱਖ ਇੰਨਾ ਖਣ ਆ ਗਿਆ ਦੇਖ ਕੇ ਤੇਰਾ ਸਾਵਾ ਪੂਰਨ ਪੁੱਤ ਹੈ ਜੇ ਤੈਨੂੰ ਮੇਰੀਆਂ ਗੱਲਾਂ ਦਾ ਸੱਚ ਨਹੀਂ ਆਉਂਦਾ ਰਾਜਾ ਸੱਜ ਕੇ ਆਪਦਾ ਨਜੂਮ ਹੀ ਪੁੱਛ ਰਾਜੇ ਦਾ ਇੱਕ ਸੀਤਾ ਰਾਮ ਪੜਤ ਰੱਖਿਆ ਸੀ ਜਦੋਂ ਕੋਈ ਕੰਮ ਵਿੱਢਣਾ ਪਹਿਲਾਂ ਉਹ ਤੋਂ ਟੇਬਾ ਲਵਾਉਣਾ ਹੁੰਦਾ ਫਿਰ ਕੰਮ ਮਿਲਦਾ ਸੀ ਅਤੇ ਉਹ ਕਿਸ਼ਨਾ ਪੰਡਿਤ ਕਹਿੰਦਾ ਤੇਰੇ ਤਾਂ ਘਰੇ ਕਹਿੰਦਾ ਸੱਚੀਆਂ ਗੱਲਾਂ ਦੱਸਣ ਵਾਲਾ ਅਤੇ ਝੂਠ ਦੱਸਣ ਵਾਲਾ ਰੱਖਿਆ ਹੋਇਆ ਤੇਰਾ ਸੀਤਾ ਰਾਮ ਪੰਡਿਤ ਕਾਹ ਨੂੰ ਰੱਖਿਆ ਜੇ ਤੈਨੂੰ ਨਹੀਂ ਯਕੀਨ ਆਉਂਦਾ ਉਹ ਤੋਂ ਸੱਦ ਕੇ ਟੇਵਾ ਲਵਾ ਉਹਨੂੰ ਪੁੱਛਿਆ ਗੱਲ ਸੱਚੀ ਕਿ ਝੂਠੀ ਆ ਰਾਜੇ ਨੇ ਸੋਚਿਆ ਵੀ ਗੱਲ ਠੀਕ ਆ ਆਪਾਂ ਸੀਤਾ ਰਾਮ ਪੰਡਿਤ ਨੂੰ ਸੱਦ ਲਈਏ ਸੀਤਾ ਰਾਮ ਪੰਡਿਤ ਸੱਦ ਲਿਆ ਉਹ ਸੀਤਾ ਰਾਮ ਪੰਡਿਤਾ ਤਮਾਮ ਦੁਨੀਆ ਕਹੀ ਜਾਂਦੀ ਤੇਰਾ ਪੁੱਤ ਬਾਗ 'ਚ ਆ ਗਿਆ ਮੈਨੂੰ ਟੇਵਾ ਲਾ ਕੇ ਦੱਸ ਸੀਤਾ ਰਾਮ ਪੰਡਿਤ ਨੇ ਵੀਰੋ ਐਂ ਕਰਕੇ ਪੁਸਤਕ ਖੋਲ੍ਹੀ
ਰਾਜ ਰੱਖ ਕਿਹੜੇ ਅੱਖਰ ਤੋਂ ਰੱਖਦਾ? ਜੇ ਤਾਂ ਮੈਂ ਸੱਚ ਸੱਚ ਦੱਸੂ, ਜੇ ਝੂਠਿਆ ਤਾਂ ਝੂਠ ਦੱਸੂ। ਰਾਜੇ ਨੇ ਰੱਖੀ ਉਂਗਲ, ਉਹ ਪੰਡਿਤ ਕਰਕੇ ਜਿਵੇਂ ਸਮਾਨ ਦਾ ਜੋੜ ਇੱਕ ਕਰਕੇ ਭਗਵਾਨ ਨੂੰ ਚੇਤੇ ਫਿਰ ਲੱਗਿਆ ਟੇਵਾ ਦੱਸਣ। ਲੋ ਵੀਰੋ, ਅਸੀਂ ਰੱਬ ਦੇ ਚਰਨਾਂ ਵਿੱਚ ਅਰਦਾਸ ਕਰਨੇ ਵੀ ਜਿਹੜੇ ਸੱਜਣਾਂ ਨੇ ਮਾਇਆ ਭੇਜੀ ਹੈ, ਵਾਹਿਗੁਰੂ ਖਜ਼ਾਨੇ ਭਰਪੂਰ ਕਰੇ, ਮਨੋਕਾਮਨਾ ਪੂਰੀਆਂ ਕਰੇ, ਚੜ੍ਹਦੀ ਕਲਾ ਰੱਖੇ, ਹਰੇਕ ਮਦਾਨ ਫਤਿਹ ਬਖਸ਼ੇ। ਚੱਲ ਵੀਰ ਸ਼ਾਦੀ ਹੋਈ ਸੀ ਵੀਰ ਉਹ ਨੂਰ ਅਲਾਹੀ ਰੱਬ ਲੰਗੇ ਜਾਣਦੇ ਨੂਰ ਅਲਾਹੀ ਰੱਬ ਲੰਗੇ ਮਤ ਚਮਕੀ ਜੋ ਦਸਤਾਰੰਗ ਕੀ ਖੱਟੀ ਆਈ ਮੈਨੂੰ ਉਸੇ ਦੀ ਉਹ ਤੇ ਕੀ ਵੀ ਆ ਕੀ ਖੱਟੀ ਆਈ ਮੈਨੂੰ ਉਸੇ ਦੀ ਉਹ ਕੀ ਸੀ ਕਸੂਰੀ ਪਾਰੇ ਓਏ ਹੱਥੀ ਤੂੰ ਆਪਣੀ ਰਾਜੀ ਲੰਗੇ ਹੱਥੀ ਆਪਣੇ ਰਾਜੀ ਲੰਗੇ ਤੂੰ ਸਿੱਟੀਆਂ ਬਜੇ ਨੂੰ ਮਾਰੀ ਓਏ ਖੁਨੀ ਮੂੰਹ ਮੈਂ ਸਿੱਟੀ ਲੰਗੇ ਖੁਨੀ ਮੂੰਹ ਮੈਂ ਸਿੱਟੀ ਲੰਗੇ ਹੁਣ ਗੁਜਰੀ ਹੈ ਬਾਰਾਂ ਸਾਲੀ ਓਏ ਬਾਰੀ ਸਾਲੀ ਹੱਡਲੀ ਲੰਗੇ ਬਾਰੀ ਗੋ ਥਲੀ ਕਾਲੀ ਅੰਗ ਆ ਗੋਰਖ ਨਾਥੀ ਅਵਤਾਰੀ ਉਹਦੇ ਅੰਗ ਸਬੂਤੀ ਕਰ ਗਈ ਅੰਗ ਅੰਗ ਸਬੂਤੀ ਕਰ ਗਈ ਅੰਗ ਉਹ ਸੱਚਾ ਹਾਂ ਪਰਵਾਹ ਲਗਾਰੀ ਹੁਣ ਝੂਤੀ ਹਰੀ ਵਿੱਚ ਆ ਗਈ ਅੰਗ ਵੇ ਝੂਤੀ ਹਰੀ ਵਿੱਚ ਆ ਗਈ ਆ ਤੇਰਾ ਹਮਾਰ ਕਿਰਤ ਓਏ ਪੁਸਤਕ ਮੀਰਾ ਬੋਲਦਾ ਜਦੋਂ ਮੇਰਾ ਟਾਈਮ ਖਤਮ ਹੋ ਗਿਆ ਜਦੋਂ ਮੈਨੂੰ ਉਦੋਂ ਕੁਦਰਤ
ਹਿਸਾਬ ਨਾ ਹੀ ਅੰਤ ਹੈ ਸਦਾ ਹੀ ਬੇਅੰਤ ਹੈ ਨਾ ਹੀ ਅੰਤ ਹੈ ਸਦਾ ਹੀ ਬੇਅੰਤ ਹੈ ਆਪੇ ਅੰਸ਼ ਵੰਸ਼ ਹੈ ਅਸੀਂ ਉਹਦੇ ਉਹ ਸਾਡਾ ਆਪੇ ਅੰਸ਼ ਵੰਸ਼ ਹੈ ਨਾ ਗਿਣਤੀ ਨਾ ਮਿਣਤੀ ਅਪਾਰ ਹੈ ਅਸੰਖ ਹੈ ਨਾ ਗਿਣਤੀ ਨਾ ਮਿਣਤੀ ਅਪਾਰ ਹੈ ਅਸੰਖ ਹੈ ਨਿਰਭਉ ਨਿਰਵੈਰ ਹੈ ਨਿਰਭਉ ਨਿਰਵੈਰ ਹੈ ਦਇਆਲੂ ਦਇਆਵੰਤ ਹੈ ਨਿਰਭਉ ਨਿਰਵੈਰ ਹੈ ਦਇਆਲੂ ਦਇਆਵੰਤ ਹੈ ਸਾਜ ਹੈ ਆਵਾਜ਼ ਹੈ ਧੁਨ ਨਾਦ ਸੰਖ ਹੈ ਸਾਜ ਹੈ ਆਵਾਜ਼ ਹੈ ਧੁਨ ਨਾਦ ਸੰਖ ਹੈ ਪੱਤ ਝੜ ਮੋਹਾਲ ਹੈ ਆਪੇ ਹੀ ਬਸੰਤ ਹੈ ਪੱਤ ਝੜ ਮੋਹਾਲ ਹੈ ਆਪੇ ਹੀ ਬਸੰਤ ਹੈ ਯਾਰੀ ਹੈ ਆਪਣੇ ਖਸਮ ਨਾਲ ਹਰੀ ਪੱਤੀ ਯਾਰੀ ਹੈ ਹੁੰਦੇ ਹੀਰਿਆਂ ਤੋਂ ਮਹਿੰਗੇ ਮਹਿੰਗੇ ਆਨੇ ਬਣ ਕੇ ਹੁੰਦੇ ਹੀਰਿਆਂ ਤੋਂ ਮਹਿੰਗੇ ਮਹਿੰਗੇ ਆਨੇ ਬਣ ਕੇ ਬਣਦੇ ਜਾਣ ਨ ਲੈ ਕੋਈ ਮਾਵਾਂ ਤਰਲੇ ਲੈਂਦੀਆਂ ਨੇ ਸਾਡਾ ਮੁਲਕ ਤਰੱਕੀ ਕਰ ਗਿਆ ਏ ਸਰਕਾਰਾਂ ਕਹਿੰਦੀਆਂ ਨੇ ਸਾਡਾ ਮੁਲਕ ਤਰੱਕੀ ਕਰ ਗਿਆ ਏ ਸਰਕਾਰਾਂ ਕਹਿੰਦੀਆਂ ਨੇ ਰਹਿੰਦੀ ਨਿੱਤ ਨਹਿਰ ਦੀ ਬੰਦੀ ਜੱਟ ਨੂੰ ਛੱਡਣੀ ਪੈਂਦੀ ਬੰਬੀ ਫਸਲਾਂ ਰੁਲਦੀਆਂ ਨੇ ਵਿੱਚ ਮੰਡੀ ਓਏ ਰਾਤਾਂ ਕੱਟਣੀਆਂ ਪੈਂਦੀਆਂ ਨੇ ਸਾਡਾ ਮੁਲਕ ਤਰੱਕੀ ਕਰ ਗਿਆ ਏ ਸਰਕਾਰਾਂ ਕਹਿੰਦੀਆਂ ਨੇ ਸਾਡਾ ਮੁਲਕ ਤਰੱਕੀ ਕਰ ਗਿਆ ਏ ਸਰਕਾਰਾਂ ਕਹਿੰਦੀਆਂ ਨੇ ਚੱਲੀਆਂ ਰੁੱਤਾਂ ਨੂੰ ਮਗਰੋਂ ਪਛਤਾਵੇ ਥੱਲੇ ਹੋਵੇ ਉਸ ਧੀ ਨੂੰ ਤਾਨਾ ਕਦੇ ਮਾਰੀਏ ਨਾ ਓਏ ਜੇ
ਦਾਜ ਪਿੱਛੇ ਛੱਡੀ ਹੋਵੇ ਗਾਲ ਨੂੰ ਗੱਲ ਹੀ ਸਮਝ ਲਖਿਆ ਆ ਜਿਹੜੀ ਪਿੱਠ ਪਿੱਛੇ ਹਾਸੇ ਵਿੱਚ ਕੱਢੀ ਹੋਵੇ ਬਹੁਤੀ ਹਾਂਜੀ ਹਾਂਜੀ ਕਰਨੇ ਵਾਲਾ ਬੇਬੇ ਬਹੁਤੀ ਹਾਂਜੀ ਹਾਂਜੀ ਕਰਨੇ ਵਾਲਾ ਚੰਗਾ ਨਹੀਂ ਹੁੰਦਾ ਬੇਬੇ ਇੱਕ ਗੱਲ ਸੱਚ ਦੱਸੇਗੀ ਬਿਲਕੁਲ ਸੱਚ ਬਾਬੇ ਦੇ ਆਈ ਹੈ ਬਿਲਕੁਲ ਸੱਚ ਬੇਬੇ ਬੇਬੇ ਚੁਗਲੀਆਂ ਕਰ ਲੈਣੀ ਕਿ ਨਹੀਂ ਹੈ ਅੱਛਾ ਪਤਾ ਹੀ ਨਹੀਂ ਕਿ ਕੀ ਹੈ ਚੁਗਲੀਆਂ ਵੈਰੀ ਬਹੁਤੀ ਹਾਂਜੀ ਹਾਂਜੀ ਕਰਨੇ ਵਾਲਾ ਚੰਗਾ ਨਹੀਂ ਹੁੰਦਾ ਮੈਲੇ ਕੱਪੜਿਆਂ ਵਾਲਾ ਮੈਲੇ ਕੱਪੜਿਆਂ ਵਾਲਾ ਵੀ ਕੋਈ ਚੰਗਾ ਨਹੀਂ ਹੁੰਦਾ ਬਿਨਾਂ ਮਿੱਠੀ ਬੋਲੀ ਤੋਂ ਕੋਈ ਵੀ ਧੰਦਾ ਨਹੀਂ ਹੁੰਦਾ ਤੇ ਬਿਨਾਂ ਦੌੜ ਤੋਂ ਲਖਿਆ ਅੱਜ ਕੱਲ੍ਹ ਇੱਕ ਦੂਜੇ ਨੂੰ ਵੇਖ ਜੋ ਰਹਿਣ ਸੜਦੇ ਸਾਂਝੇ ਜੀਆਂ ਦਾ ਇੱਕੋ ਪਰਿਵਾਰ ਕਾਦਾ ਜਿੱਥੇ ਵੱਡਿਆਂ ਦਾ ਨਹੀਂ ਸਤਿਕਾਰ ਹੁੰਦਾ ਓਏ ਉੱਥੇ ਛੋਟਿਆਂ ਨੂੰ ਮਿਲਣਾ ਪਿਆਰ ਕਾਦਾ ਅੱਜ ਇਹਨਾਂ ਗੀਤਾਂ 'ਚ ਗੈਂਗਾਂ ਦੀ ਗੱਲ ਹੁੰਦੀ ਉਹਨਾਂ ਗੀਤਾਂ 'ਚ ਸੱਭਿਆਚਾਰ ਕਾਦਾ ਅਖਾੜੇ ਵਿੱਚ ਜੋ ਲਾਈਵ ਨਹੀਂ ਗਾ ਸਕਦਾ ਮੇਰਾ ਵੀ ਕੁਝ ਬਣੂ ਬੇਬੇ ਕਹਿੰਦੀ ਧੀਏ ਫਿਕਰ ਨਾ ਕਰ ਤੈਨੂੰ ਵੀ ਵਿਚੋਲਣੇ ਪਾ ਦਿਉ ਬਾਲੀਆਂ ਤੈਨੂੰ ਵੀ ਵਿਚੋਲਣੇ ਪਾ ਦਿਉ ਬਾਲੀਆਂ ਚੰਗਾ ਹੋਵੇ ਕੁਆਰੀਆਂ ਜੇ ਹੋਣ ਸਾੜੀਆਂ ਬਾਕੀਆਂ ਨੂੰ ਸਾਥ ਫਿਰ ਜਾਣਗੇ ਜੁੜੀ ਰੱਬ ਮਿੰਦੋ ਸਾਡੇ ਲਈ ਕਿੰਨੇ ਕੋਕੇ ਕੋਲੇ ਪੀ ਲੈ ਦੋ ਵੈਰੀ ਗੁੱਡ ਤੀਆ ਵੀ ਪੀਏਗਾ ਕਿ ਨਹੀਂ ਪ੍ਰਸ਼ਾਦਾ ਛਕਿਆ ਜੀ ਕਿ ਨਹੀਂ ਕਿਹੜੀ ਕਲਾਸ 'ਚ ਹੋ ਗਿਆ ਮੇਰਾ ਭਰਾ ਊੜਾ ਏਡਾ ਪੜ੍ਹਨਾ ਹੁੰਦਾ ਕਿ ਨਹੀਂ ਊੜਾ ਏਡਾ ਈੜੀ ਸੱਸਾ ਹਾਹਾ ਕੱਕਾ ਖੱਕਾ ਗੱਗਾ ਕੱਗਾ ਨਈਆ ਚਿੱਚਾ ਸ਼ਿਸ਼ਾ ਜੀਜਾ ਜੀਜਾ ਨਈਆ ਟੈਂਕਾ ਠੱਠਾ ਡੱਡਾ ਟੱਡਾ ਅਣਾਣਾ ਦੱਤਾ ਥੱਥਾ ਡੱਡਾ ਧੱਡਾ ਨੰਨਾ ਯਈਆ ਪੱਪਾ ਪੱਪਾ ਬੱਬਾ ਬੱਬਾ ਮੰਮਾ ਯਈਆ ਰਾਰਾ ਲੱਲਾ ਵਾਵਾ ਰਾੜਾ ਸੱਸੇ ਪੈਰ ਬਿੰਦੀ ਸਾ ਬੋਲੇ ਹੱਥੇ ਪੈਰ ਬਿੰਦੀ ਖਾ ਬੋਲੇ ਘੱਗੇ ਪੈਰ ਬਿੰਦੀ ਘਾ ਬੋਲੇ ਨੀਚੇ ਪੈਰ ਬਿੰਦੀ ਜਾ ਬੋਲੇ ਪੱਪੇ ਪੈਰ ਬਿੰਦੀ ਖਾ ਬੋਲੇ ਲੱਲੇ ਪੈਰ ਬਿੰਦੀ ਲਾ ਬੋਲੇ ਖੋਲ ਕੇ ਤਾਰੀ ਤੈਨੂੰ ਦੇ ਦਈਏ ਨਾ
ਆ ਤੇਰਾ ਨਾਮ ਤੈਨੂੰ ਦੇ ਦੇਈਏ, ਮੈਂ ਰੱਖਦਾ ਸ਼ਾਬਾਸ਼। ਤੇਰਾ ਨਾਂ ਕੀ ਹੈ? ਸੁਰਖਾਬ। ਵਾਹ ਉਹ ਸੁਰਖਾਬ ਸਿਆ, ਵਾਹ ਬਾਈ ਵਾਹ, ਧੰਨ ਧੰਨ ਕਰਾਤੀ ਮਾਰੇ ਤੈਨੂੰ। ਬੁੱਢੇ ਪੜਦਾਦੇ ਨੂੰ ਧੁੱਪੇ ਲੰਘ ਜਾਣ ਪੋਤਰੇ, ਆਉਂਦੇ ਨੀ ਲਾਗੇ ਨੂੰ ਕਿੱਕਰ ਨਾ ਤੂਤ ਬੇਰੀਆਂ, ਹੋਇਆ ਕੀ ਮਾਝੇ ਨੂੰ ਚਰਨ ਗਿਆ ਡੁੱਬ ਮਾਲਵਾ, ਚਿੰਤਾ ਸਾਡੇ ਬਾਬੇ ਨੂੰ। ਮਿੱਟੀ ਮਿੱਟੀ ਗੁੜ ਜਹੀ ਲਿਖਾਰੀ, ਕਰਨਾ ਨਮਕੀਨ ਦਿਓ ਪੁੱਤਾਂ ਦੇ ਪਾਟੇ ਬੋਝੇ, ਓਏ ਮਾਮਾ ਨੂੰ ਸੀਰ ਦਿਓ ਪੁੱਤਾਂ ਦੇ ਪਾਟੇ ਬੋਝੇ, ਪੁੱਤਾਂ ਦੇ ਪਾਟੇ ਬੋਝੇ, ਪੁੱਤਾਂ ਦੇ ਪਾਟੇ ਬੋਝੇ, ਪਾਟੇ ਬੋਝੇ। ਸੌਦੇ ਚੱਲੇ ਕਾਰਤੂਸ ਦਾ ਕਿਲੇ ਜਿਨ ਵੇੜ ਨਹੀਂ ਹੁੰਦਾ, ਸ਼ੇਰ ਨਹੀਂ ਹੁੰਦਾ। ਡੋਲਿਆਂ ਨੂੰ ਵੇਖ ਲੈਂਦੇ ਫੀਲਿੰਗਾਂ, ਬਗਾਨੇ ਪਾ ਦੇਣ ਕਿੱਕਲੀ, ਹੱਥਾਂ ਨਾਲ ਡਰਾਈਏ ਡਰੇ ਬੰਦੇ ਨੂੰ, ਹੁੰਡਾ ਨੂੰ ਬਣ ਪਾਵੇ ਤਿੱਤਲੀ, ਗੈਰਤਾਂ ਦੀ ਗੱਡੀ ਵਿੱਚ ਮਿੱਠਿਆ, ਗੈਰਤਾਂ ਦੀ ਗੱਡੀ ਵਿੱਚ ਮਿੱਠਿਆ, ਕਦੇ ਬੈਂਕ ਗੈਰ ਨਹੀਂ ਹੁੰਦਾ। ਮਰਿਆ ਸ਼ਿਕਾਰ ਜਿਹੜਾ ਖਾਵੇ ਚੁੱਕ, ਲਓ ਜੀ ਜਿੱਦੇ ਪਹਿਲਾ ਪ੍ਰੋਗਰਾਮ ਹੋਇਆ ਸਮਾਪਤ, ਅਤੇ ਦੂਜੇ ਪ੍ਰੋਗਰਾਮ ਦੀ ਤਿਆਰੀ ਲਈ ਜਾਣਾ ਸੀਗਾ, ਅਤੇ ਆਪਾਂ ਨੂਰਪੁਰ ਬੇਦੀ, ਅਤੇ ਆਪਾਂ ਗੱਡੀ 'ਚ ਬਹਿ ਕੇ ਅਤੇ ਬੰਗਿਆ ਤੋਂ ਸਿੱਧਾ ਹੀ ਆਪਾਂ ਪਹੁੰਚ ਗਏ ਜੀ ਬਲਾਚੌਰ, ਬਲਾਚੌਰ ਤੋਂ ਸਿੱਧੇ ਪੱਦੀ ਪੱਦੀ ਵਾਲੇ ਘਾਟੇ ਤੋਂ। ਆਪਾਂ ਦੇਖਿਆ ਕਿ ਨਕੋਦਰ ਮੇਲਾ ਚੱਲ ਰਿਹਾ ਸੀਗਾ, ਇੱਕ ਮੇਲਾ ਹੀ ਕਹਿ ਸਕਦੇ ਜੀ, ਇੱਥੇ ਵੀਰਵਾਰ ਦਾ ਸੰਗਤਾਂ ਦਾ ਰਸ਼ ਹੁੰਦਾ ਥੋੜ੍ਹਾ ਜਿਹਾ ਉੱਤੇ, ਅਤੇ ਉੱਥੋਂ ਸਿੱਧਾ ਆਪਾਂ ਬੰਗਿਆ, ਬੰਗਿਆਂ ਤੋਂ ਪੱਦੀ ਘਾਟੇ ਤੋਂ ਹੁੰਦੇ ਹੋਏ ਆਪਾਂ ਪਹੁੰਚਣਾ ਸੀਗਾ ਨੂਰਪੁਰ। ਜਿੱਦਾਂ ਆਪਾਂ ਪਹੁੰਚੇ ਨੂਰਪੁਰ, ਅਤੇ ਨੂਰਪੁਰ ਦੇ ਵਿੱਚ ਚੱਲ ਰਿਹਾ ਸੀ ਬਹੁਤ ਵੱਡਾ ਮੇਲਾ, ਭਾਰੀ ਉਤਸ਼ਾਹ ਸੀਗਾ ਲੋਕਾਂ ਦਾ, ਬਹੁਤ ਵੱਡਾ ਇਕੱਠ ਸੰਗਤਾਂ ਦਾ। ਅਤੇ ਜਦੋਂ ਅਸੀਂ ਗੱਡੀ ਲਾ ਕੇ ਸਟੇਜ 'ਤੇ ਪਹੁੰਚੇ, ਅਤੇ ਗੁਰਬਖਸ਼ ਸ਼ੌਂਕੀ ਜੀ, ਬਹੁਤ ਸੁਰੀਲੇ ਕਲਾਕਾਰ ਆ, ਉਹ ਗਾ ਰਹੇ ਸੀ, ਲਓ ਜੀ ਸੁਣੋ। ਸਾਡੀ ਸੰਗਤ ਆਪਣੀ ਸੁਣਾ, ਗੁੱਸਾ ਦੱਸ ਕਿਹੜੀ ਗੱਲ ਲਾਉਣਿਆ,
ਕੋਈ ਹੋਰ ਨਾ ਸੁਣ ਲੈ ਗੱਲ ਤੇਰੀ ਮਹਿੰਦੀ ਕੋਈ ਹੋਰ ਨਾ ਸੁਣ ਲੈ ਕੋਈ ਹੋਰ ਨਾ ਸੁਣ ਲੈ ਕਰੀ ਗੁਜ਼ਾਰਾ ਉਹ ਕਰੀ ਗੁਜ਼ਾਰਾ
ਸਾਡਾ ਰੱਬ ਜਾਣਦਾ ਸਾਨੂੰ ਕਹਿੰਦਾ ਤੂੰ ਪਿਆਰਾ ਸਾਡਾ ਰੱਬ ਜਾਣਦਾ ਸਾਨੂੰ ਕਹਿੰਦਾ ਤੂੰ ਪਿਆਰਾ ਸਾਡਾ ਰੱਬ ਜਾਣਦਾ ਸਾਡਾ ਰੱਬ ਜਾਣਦਾ ਸਾਡਾ ਰੱਬ ਜਾਣਦਾ ਜਾਪ ਕਰਦੇ ਨੇ ਜਾਪ ਕਰਦੇ ਨੇ ਓਏ ਜੋੜਦੇ ਨੀ ਤੇਰੇ ਜਿੰਦਾ ਪੀਰ ਦੀ ਕਮਾਈ ਹੋ ਕਮਾਈ ਹੋ ਜੇ ਬੈਠ ਜਾ ਲੱਗਦੇ ਨੇ ਮੇਲੇ
ਰਾਜ ਯੂਨੀਵਰਸ ਈੜੀ ਸੱਸਾ ਸ਼ਰਾਬ ਜਿੰਨੀ ਵਿਕਦੀ ਉਹਨਾਂ ਦੀ ਰੂਪ ਵਿਕਦਾ ਲੱਭੇ ਕੋਈ ਸੱਚਦਾ ਸਾਡਾ ਮੁਲਕ ਤਰੱਕੀ ਕਰ ਗਿਆ ਏ ਸਰਕਾਰਾਂ ਬੇਟੀਆਂ ਨੇ ਸਾਡਾ ਮੁਲਕ ਤਰੱਕੀ ਕਰ ਗਿਆ ਏ ਸਰਕਾਰਾਂ ਬੇਟੀਆਂ ਨੇ ਮਾਇਆ ਦੀ ਨਿਤ ਨਹਿਰ ਦੀ ਬੰਦੀ ਜੱਟ ਨੂੰ ਛੱਡਣੀ ਪੈਂਦੀ ਬੰਬੀ ਫਸਲਾਂ ਰੁਲਦੀਆਂ ਨੇ ਵਿੱਚ ਮੰਡੀ ਓਏ ਰਾਤਾਂ ਕੱਟਣੀਆਂ ਪੈਂਦੀਆਂ ਨੇ ਸਾਡਾ ਮੁਲਕ ਤਰੱਕੀ ਕਰ ਗਿਆ ਏ ਸਰਕਾਰਾਂ ਬੇਟੀਆਂ ਨੇ ਸਾਡੀ ਮਾਤਾ ਚੋਲਿਆ ਦੁੱਧ ਤੇ ਰਸਾ ਲਾਤਾ ਆਪੇ ਦੇਉ ਖਾਣ ਨੂੰ ਦਾਤਾ ਉਹਦੇ ਡਾਂਗਾਂ ਪੈਂਦੀਆਂ ਨੇ ਮੇਰਾ ਮੁਲਕ ਤਰੱਕੀ ਕਰ ਗਿਆ ਏ ਸਰਕਾਰਾਂ ਦੇਤੀਆਂ ਨੇ ਮੁਲਕ ਤਰੱਕੀ ਕਰ ਗਿਆ ਏ ਸਰਕਾਰਾਂ ਦੇਤੀਆਂ ਨੇ ਅਫਸਰ ਰਿਸ਼ਵਤ ਖੋਰ ਦਿਨਾਂ ਨੂੰ ਲੁੱਟ ਕਰਦੇ ਹੁਣ ਚੋਰ ਨਾ ਹੀ ਡਰਨ ਮਿਲਾਵਟ ਖੋਰ ਉਹ ਚੀਜ਼ਾਂ ਲੈਣੀਆਂ ਪੈਂਦੀਆਂ ਨੇ ਸਾਡਾ ਮੁਲਕ ਤਰੱਕੀ ਕਰ ਗਿਆ ਏ ਸਰਕਾਰਾਂ ਦੇਤੀਆਂ ਨੇ ਖਾ ਗਏ ਮੁਲਕ ਨੂੰ ਲੁੱਟ ਕੇ ਨੇਤਾ ਲੁੱਟ ਕੇ ਨੇਤਾ ਹੁਣ ਆਟੇ ਤੋਂ ਮਹਿੰਗਾ ਰੇਤਾ ਹੁਣ ਆਟੇ ਤੋਂ ਮਹਿੰਗਾ ਰੇਤਾ ਰੱਖੀ ਮੱਖਣ ਬਰਾੜਾ ਚੇਤਾ ਓਏ ਜਦ ਵੋਟਾਂ ਪੈਂਦੀਆਂ ਨੇ ਸਾਡਾ ਮੁਲਕ ਤਰੱਕੀ ਕਰ ਗਿਆ ਏ ਸਰਕਾਰਾਂ ਦੇਤੀਆਂ ਨੇ ਮੁਲਕ ਤਰੱਕੀ ਕਰ ਗਿਆ ਏ ਸਰਕਾਰਾਂ ਦੇਤੀਆਂ ਨੇ ਜੇ ਗੀਤ ਪਾਸੇ ਤੇ ਕਰਦੀ ਰਹੀ ਤੇਰੇ
ਪੈਰ ਚਰੋੜ ਨਾ ਚੁੱਭ ਜਾਏ ਇਹ ਤਲੀਆਂ ਥੱਲੇ ਧਰਦੀ ਓਏ ਬਚਪਨ ਵਿੱਚ ਜਿਹਨੇ ਚੁੱਕਿਆ ਉਹ ਤੈਨੂੰ ਮਾਂ ਨੀ ਮਿਲਣੀ ਰੱਬ ਤੇ ਤੈਨੂੰ ਮਿਲ ਜੂ ਸਜਣਾ ਰਾਏਪੁਰ ਵਾਲਿਆ ਕਿਸਮਤ ਚੰਗੀ ਜਿਸ ਹਿੱਸੇ ਮਾਂ ਆਈ ਉਸ ਨਾਲ ਮਾੜਾ ਹੋਰ ਕੀ ਹੋਣਾ ਉਹ ਜਿਸਨੇ ਮਾਂ ਠੁਕਰਾਈ ਪਾਲੀ ਉਹਨੂੰ ਢੋਈ ਕੁੱਲ ਜਹਾਂ ਨੀ ਮਿਲਣੀ ਰੱਬ ਤੇ ਤੈਨੂੰ ਮਿਲ ਜੂ ਸਜਣਾ ਨਾਲ ਹਨੇਰਿਆਂ ਖੈ ਖੈ ਕੇ ਸਾਨੂੰ ਚਾਨਣ ਕਰਦਾ ਜੋ ਚੰਗਾ ਵਕਤ ਲਿਆਉਣ ਲਈ ਗੁਰਬਤ ਨਾਲ ਲੜਦਾ ਜੋ ਓ ਰਾਜਾ ਵੀ ਤੇ ਫਕਰ ਵੀ ਕੋਈ ਉਹਦੇ ਵਰਗਾ ਲੱਭਾ ਨਹੀਂ ਰੱਬ ਸਭ ਤੋਂ ਵੱਡਾ ਹੋਵੇਗਾ ਪਰ ਬਾਪੂ ਤੋਂ ਵੱਡਾ ਨਹੀਂ ਰੱਬ ਸਭ ਤੋਂ ਵੱਡਾ ਹੋਵੇਗਾ ਸੂਰਜ ਵਾਂਗੂ ਤਪਦਾ ਏ ਉਹ ਪਰ ਨਿਗ ਹੈ ਸੁੱਖਾਂ ਦਾ ਖੁਦ ਝੜ ਕੇ ਛਾਵਾਂ ਵੱਢਣੀਆਂ ਸਿਦਕ ਹੈ ਰੁੱਖਾਂ ਦਾ ਪੀੜ ਜਾਣੇ ਇਸ ਬੂਟੇ ਦੀ ਜੀਤ ਹਰ ਲੱਗਾ ਨਹੀਂ ਰੱਬ ਸਭ ਤੋਂ ਵੱਡਾ ਹੋਵੇਗਾ ਪਰ ਬਾਪੂ ਤੋਂ ਵੱਡਾ ਨਹੀਂ ਲੱਗ ਜਾਂਦੇ ਮੌਜ ਬਹਾਰਾਂ ਰੱਖਦੇ ਸਿੱਧਿਆਂ ਦੇ ਨਾਲ ਸਿੱਧੇ ਰਹੀਏ ਭੱਜ ਵਰ ਕੇ ਸਿੱਧਿਆਂ ਦੇ ਨਾਲ
ਜਿੱਦਾਂ ਹੋਈ ਸ਼ਾਮ ਦੀ ਸਟੇਜ ਦੀ ਸਮਾਪਤੀ ਅਤੇ ਆਪਾਂ ਪਹੁੰਚ ਗਏ ਜੀ ਭਜਨ ਦੇ ਢਾਬੇ 'ਤੇ, ਲੰਗਰ ਪਾਣੀ ਛੱਕ ਕੇ ਅਤੇ ਰਾਤ ਨੂੰ ਆਪਾਂ ਉੱਥੋਂ ਤੁਰ ਪਏ ਅਤੇ ਪਹੁੰਚ ਗਏ ਜੀ ਆਪਾਂ ਮਯਾਰੀ ਤੋਂ ਗੜ ਸ਼ੰਕਰ ਹੁੰਦੇ ਮਯਾਰੀ ਤੋਂ ਫਿਰ ਆਪਾਂ ਗਏ ਬੰਗਿਆਂ। ਬਹੁਤ ਬਹੁਤ ਧੰਨਵਾਦ ਸਾਡਾ ਸਾਰਿਆਂ ਦਾ। ਵੀਡੀਓ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ।